ਉਹ ਸਮਾਂ ਲੰਘ ਗਿਆ ਜਿਹੜਾ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਵੀ ਜੇ ਅਕਾਲੀ ਦਲ ਵਾਲੇ ਆ ਤਾਂ ਅਕਾਲੀ ਦਲ ਦੇ ਸਰਪੰਚ ਹੀ ਬਣਨਗੇ, ਕਾਂਗਰਸ ਵਾਲੇ ਤਾਂ ਕਾਂਗਰਸ ਦੇ ਹੀ ਬਣਨਗੇ। ਸੋ ਅਸੀਂ ਇਹ ਨਹੀਂ ਸੋਚਦੇ, ਅਸੀਂ ਇਹ ਕਹਿੰਦੇ ਵੀ ਬੰਦਾ ਚੰਗਾ ਹੋਣਾ ਚਾਹੀਦਾ ਕਿਸੇ ਵੀ ਪਾਰਟੀ ਤੋਂ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ। ਇਹ ਆਮ ਆਦਮੀ ਪਾਰਟੀ ਹੈ, ਕਿਸੇ ਤਰ੍ਹਾਂ ਦਾ ਧੱਕਾ ਨਾ ਤਾਂ ਕਰਦੀ ਹੈ ਅਤੇ ਨਾ ਹੀ ਕਰਵੇ। ਕੋਈ ਅਕਾਲੀ ਹੋਵੇ, ਕੋਈ ਕਾਂਗਰਸੀ, ਐਂ ਨਹੀਂ ਹੋਊਗਾ ਵੀ ਅਕਾਲੀ ਦਲ ਦੀ ਗਲੀ ਛੱਡ ਦਾਂਗੇ ਜਾਂ ਕਾਂਗਰਸ ਵਾਲਿਆਂ ਦੀ ਗਲੀ ਛੱਡ ਦਾਂਗੇ। ਸਾਰਿਆਂ ਦਾ ਸਾਂਝਾ ਵਿਕਾਸ ਹੋਊਗਾ, ਪੰਚਾਇਤ ਦੀ ਰਾਏ ਨਾਲ ਹੋਊਗਾ, ਪਿੰਡ ਦੇ ਲੋਕਾਂ ਦੀ ਰਾਏ ਨਾਲ। ਅਤੇ MLA ਅਮੋਲਕ ਸਿੰਘ ਨੇ ਸਾਡੇ ਪੰਚਾਂ ਨੂੰ ਸੱਦਿਆ ਅਤੇ ਵੀ ਹੁਣ ਅਗਲਾ ਬਦਲਾਓ ਕੀ ਕੀਤਾ ਜਾਵੇ, ਤਾਂ ਸਾਰੇ ਪੰਚਾਂ ਨੇ ਜੋ ਵੀ ਅਕਾਲੀ ਦੇ ਅਹੁਦੇ ਸੀ ਜਾਂ ਕਾਂਗਰਸ ਦੇ ਸਾਡੇ ਨਗਰ ਦੇ ਭਰਾਤੇ ਦੇ ਸੀਗੇ, ਉਹਨਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ ਅਤੇ ਮਾਣ ਮਹਿਸੂਸ ਹੋਇਆ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਪਹਿਲਾ ਅਧਿਕਾਰਤ ਪੰਚ ਚੁਣ ਕੇ ਜਾਂ ਸਰਪੰਚ ਚੁਣ ਕੇ ਵੀ ਸ਼ੁਰੂਆਤ ਕੀਤੀ ਹੈ, ਅਤੇ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਆਮ ਜਨਤਾ ਸ੍ਰੀ ਇਹ ਸਾਰੀਆਂ ਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੈ। ਸਾਡੇ ਹਲਕੇ ਦੇ MLA ਸਰਦਾਰ ਅਮੋਲਕ ਸਿੰਘ ਜੀ, ਸਾਡੇ CM ਭਗਵੰਤ ਮਾਨ ਜੀ, ਉਹਦੀਆਂ ਨੀਤੀਆਂ ਵਧੀਆ ਕਰਕੇ ਇਹ ਲੋਕ ਪੱਖੀ ਜਿਹੜੇ ਹੈਗੇ ਆ ਰਿਜ਼ਲਟ ਆ ਰਹੇ ਆ। ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਵੱਡਾ ਫਤਵਾ ਦੇ ਕੇ ਸਰਕਾਰ ਬਣਾਈ ਹੈ ਅਤੇ ਲੋਕਾਂ ਵੱਲੋਂ ਆਉਣ ਵਾਲੇ ਸਮੇਂ 'ਚ ਬਦਲਾਵ ਨੂੰ ਲੈ ਕੇ ਵੱਡੀਆਂ ਉਮੀਦਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਰੱਖੀਆਂ ਹੋਈਆਂ ਨੇ। ਉਧਰ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਲਗਾਤਾਰ ਅੱਜ ਦਿਨ ਪੰਜਾਬ ਦੀ ਬਿਹਤਰੀ ਲਈ ਨਵੇਂ ਨਵੇਂ ਐਲਾਨ ਕਰਦੇ ਦਿਖਾਈ ਦੇ ਰਹੇ ਨੇ, ਉੱਥੇ ਹੀ ਪਾਰਟੀ ਦੇ MLA ਵੀ ਲਗਾਤਾਰ ਐਕਸ਼ਨ ਮੋਡ 'ਚ ਦਿਖਾਈ ਦੇ ਰਹੇ ਨੇ ਅਤੇ ਆਪੋ ਆਪਣੇ ਹਲਕਿਆਂ ਦੇ ਵਿੱਚ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਨਾਲ ਜੁੜੇ ਹੋਏ ਦਿਖਾਈ ਦੇ ਰਹੇ ਨੇ, ਜਿਸ ਦੇ ਚੱਲਦੇ ਪਿੰਡ ਸਰਾਵਾਂ ਦੇ ਵਿੱਚ ਨਵੇਂ ਸਰਪੰਚ ਦੀ ਨਿਯੁਕਤੀ ਕੀਤੀ ਹੈ। ਇਸ ਮੌਕੇ ਪਿੰਡ ਸਰਾਵਾਂ 'ਚ ਆਮ ਆਦਮੀ ਪਾਰਟੀ ਦੇ ਅਧਿਕਾਰਤ ਪੰਚ ਵਜੋਂ ਆਉਣ ਵਾਲੇ ਸਮੇਂ 'ਚ ਭੂਮਿਕਾ ਨਿਭਾਉਣ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਮੌਜੂਦਾ ਸਰਪੰਚ ਅਜੈਬ ਸਿੰਘ ਦੀ ਉਮਰ 80 ਸਾਲ ਦੇ ਕਰੀਬ ਹੋ ਗਈ ਹੈ ਅਤੇ ਬਿਮਾਰ ਹੋਣ ਕਰਕੇ ਉਹਨਾਂ VDPO ਦਫ਼ਤਰ ਲਿਖਤੀ ਤੌਰ 'ਤੇ ਪਿੰਡ ਦੇ ਕਾਰਜ ਜਾਰੀ ਰੱਖਣ ਲਈ ਅਧਿਕਾਰਤ ਪੰਚ ਚੁਣ ਲਈ ਸਹਿਮਤੀ ਦਿੱਤੀ ਹੈ ਤਾਂ ਜੋ ਪਿੰਡ ਦੇ ਵਿਕਾਸ ਕਾਰਜ ਚੱਲਦੇ ਰਹਿਣ ਅਤੇ ਪਿੰਡ ਦੇ ਸਮੂਹ ਪਾਰਟੀਆਂ ਦੇ ਪੰਚਾਂ ਨੇ ਸਰਬਸੰਮਤੀ ਨਾਲ ਉਸ ਦੇ ਉੱਪਰ ਭਰੋਸਾ ਜਤਾਇਆ, ਉਹ ਵੀ ਪਾਰਟੀਵਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਾਰਜ ਕਰਨਗੇ। ਮੇਰਾ ਨਾਮ ਗੁਰਮੀਤ ਸਿੰਘ ਹੈ, ਪਿੰਡ ਸਰਾਵਾਂ ਅਤੇ ਸਾਡਾ ਜਿਹੜਾ ਵਿਧਾਨ ਸਭਾ ਹਲਕਾ ਜੈਤੋ, ਜ਼ਿਲ੍ਹਾ ਫਰੀਦਕੋਟ ਹੈ ਜੀ। ਤਾਂ ਮੈਨੂੰ ਆਮ ਆਦਮੀ ਪਾਰਟੀ ਨੇ ਅਤੇ ਮੇਰੇ ਨਗਰ ਨੇ, ਮੇਰੇ ਨਗਰ ਦੇ ਪੰਚਾਂ ਨੇ ਅਧਿਕਾਰਕ ਪੰਚ ਦਾ ਅਹੁਦਾ ਦਿੱਤਾ ਹੈ, ਸੋ ਮੈਂ ਬਹੁਤ ਖੁਸ਼ ਹੈ। ਸਾਰਿਆਂ ਦਾ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦਾ, MLA ਸਰਦਾਰ ਅਮੋਲਕ ਸਿੰਘ ਦਾ, ਜਿਨ੍ਹਾਂ ਦੀ ਬਦੌਲਤ ਕਰਕੇ ਹੀ ਅੱਜ ਮੈਂ ਅਧਿਕਾਰਕ ਪੰਚ ਬਣਿਆ ਹੈ ਅਤੇ ਸਾਰੇ ਪੰਜਾਬ ਵਰਲਡ 'ਚ ਮੇਰਾ ਨਾਂ ਗਿਆ। ਬਹੁਤ ਬਹੁਤ ਖੁਸ਼ੀ ਹੈ ਜੀ ਮੈਨੂੰ। ਪਹਿਲਾਂ ਜਿਹੜੇ ਤੁਹਾਡੇ ਸਰਪੰਚ ਕਿਹੜੇ ਸੀ, ਕਿਹੜੀ ਪਾਰਟੀ ਨਾਲ ਸੀਗਾ ਇਹ, ਉਹਨਾਂ ਨੂੰ ਕੀ ਗੱਲ ਆ, ਹੁਣ ਕਿਉਂ ਸਰਪੰਚੀ ਕਰਨੀ ਨਹੀਂ ਚਾਹੁੰਦੇ, ਕਾਰਨ ਕੀ ਬਣੇ? ਸਾਡੇ ਪਿੰਡ ਦੇ ਸਰਪੰਚ ਸਰਦਾਰ ਅਜੈਬ ਸਿੰਘ ਸੀਗਾ, ਇੱਕ ਤਾਂ ਉਹਨਾਂ ਦੀ ਉਮਰ 80 ਸਾਲ ਦੇ ਤਕਰੀਬ ਹੋ ਗਈ, ਇੱਕ ਉਹਨਾਂ ਨੂੰ ਬਿਮਾਰੀ ਲੱਗ ਗਈ ਜੀ, ਦਰੰਗ ਹੋ ਗਿਆ, ਕੁਛ ਹੋਰ ਵੀ ਬਿਮਾਰੀਆਂ ਸੀ ਜਿਸ ਕਾਰਨ ਉਹ ਕੰਮ ਕਰਨ ਦੇ ਸਮਰੱਥ ਨਹੀਂ ਰਹੇ, ਤਾਂ ਉਹਨਾਂ ਨੇ VDO ਸਾਹਿਬ ਨੂੰ ਲਿਖਤੀ ਰੂਪ 'ਚ ਦਿੱਤਾ ਵੀ ਅਸੀਂ ਕੰਮ ਨਹੀਂ ਕਰ ਸਕਦੇ, ਹੱਥ ਚੱਲ ਫਿਰ ਵੀ ਨਹੀਂ ਸਕਦੇ ਸੀ ਅਤੇ ਲਿਖ ਵੀ ਨਹੀਂ ਸਕਦੇ ਸੀਗੇ। ਤਾਂ ਉਹ ਫਿਰ VDO ਸਾਹਿਬ ਨੇ ਅਤੇ MLA ਅਮੋਲਕ ਸਿੰਘ ਨੇ ਸਾਡੇ ਪੰਚਾਂ ਨੂੰ ਸੱਦਿਆ ਅਤੇ ਵੀ ਹੁਣ ਅਗਲਾ ਬਦਲਾਓ ਕੀ ਕੀਤਾ ਜਾਵੇ, ਤਾਂ ਸਾਰੇ ਪੰਚਾਂ ਨੇ ਜੋ ਵੀ ਅਕਾਲੀ ਦੇ ਸੀ ਜਾਂ ਕਾਂਗਰਸ ਦੇ ਸਾਡੇ ਨਗਰ ਦੇ ਭਰੱਪੇ ਦੇ ਸੀਗੇ, ਉਹਨਾਂ ਨੇ ਮੇਰੇ 'ਤੇ ਭਰੋਸਾ ਜਿਤਾਇਆ ਤਾਂ ਮਾਣ ਮਹਿਸੂਸ ਹੋਇਆ ਜੀ। ਗੁਰਮੀਤ ਸਿੰਘ ਸਰਪੰਚ ਨੇ ਕੀ ਸੋਚਿਆ, ਹੁਣ ਕਿਹੜੇ ਤਰੀਕੇ ਦੇ ਨਾਲ ਤੁਸੀਂ ਵੱਖਰਾ ਕਰੋਗੇ ਪਿੰਡ ਦੇ ਵਿਕਾਸ? ਅਸੀਂ MLA ਸਾਹਿਬ ਦੀ ਰਹਿਮ ਹੇਠਾਂ ਪਿੰਡ ਦਾ ਵਿਕਾਸ ਕਰਾਂਗੇ,
ਉਹਨਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸਾਨੂੰ ਗ੍ਰਾਂਟ ਜਾਂ ਹੋਰ ਵਿਕਾਸ ਦੇ ਕੰਮ ਕਰਨ ਵਾਸਤੇ ਜੋ ਵੀ ਪਿੰਡ ਦੀ ਪ੍ਰੋਬਲਮ ਹੋਊਗੀ ਉਹ ਸਾਰਿਆਂ ਨਾਲ ਰਲ ਕੇ ਨਗਰ ਵਾਸੀਆਂ ਨਾਲ ਅਸੀਂ ਸੋਲਵ ਕਰਾਂਗੇ ਜੀ। ਇਸ ਮੌਕੇ ਜ਼ਿਲ੍ਹਾ ਫਰੀਦਕੋਟ ਦੇ ਜੈਤੋਂ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਨੇ ਵੀ ਕਿਹਾ ਕਿ ਲੋਕ ਖੁਦ ਸਮਝਣ ਲੱਗੇ ਨੇ ਕਿ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਕਿ ਸਰਕਾਰ ਵੀ ਵਧੀਆ ਕੰਮ ਕਰ ਰਹੀ ਹੈ। ਐਮਐਨ ਸਾਹਿਬ ਕਿਵੇਂ ਦੇਖਦੇ ਹੋ, ਹਜੇ ਸਾਲ ਦਾ ਸਮਾਂ ਪਿਆ, ਇੱਕ ਸਰਪੰਚ ਦੀਆਂ ਚੋਣਾਂ ਹੋਣੀਆਂ ਤੇ ਤੁਸੀਂ ਗਰਾਊਂਡ ਲੈਵਲ ਤੇ ਜਿਹੜੀ ਬੜੀ ਵੱਡੀ ਜਿਹੜੀ ਮਾਰਕਾ ਮਾਰਿਆ? ਵੇਖੋ ਇਹ ਲੋਕਾਂ ਦਾ ਸਹਿਯੋਗ ਆ, ਪਿਆਰ ਆ, ਜਿਹੜਾ ਲੋਕ ਇਸ ਗੱਲ ਨੂੰ ਸਮਝਣ ਲੱਗ ਗਏ ਆ ਵੀ ਇੱਕੋ ਇੱਕ ਸਰਕਾਰ ਆ ਅਤੇ ਇੱਕੋ ਇੱਕ ਪਾਰਟੀ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਪੀੜ੍ਹੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕਦੀ ਆ। ਸੋ ਇਸੇ ਤਰੀਕੇ ਨਾਲ ਅਸੀਂ ਪੰਚਾਇਤ ਨੂੰ ਗੁਜ਼ਾਰਿਸ਼ ਕੀਤੀ ਸੀ, ਉਹਨਾਂ ਨੇ ਸਾਡੀ ਗੱਲ ਮੰਨੀ ਅਤੇ ਸਾਡੇ ਹੱਕ 'ਚ ਫਤਵਾ ਦਿੱਤਾ। ਇਹਦਾ ਐਮ ਐਲ ਸਾਹਿਬ ਹੋਊਗਾ, ਜਿਵੇਂ ਹੁਣ ਰਵਾਇਤੀ ਪਾਰਟੀਆਂ ਸੀ ਉਹਨਾਂ ਦੇ ਸਵਾਲ ਖੜੇ ਹੁੰਦੇ ਸੀ ਕਿ ਇਹ ਪਾਵਰ ਦਾ ਇਸਤੇਮਾਲ ਕਰਦੇ ਆ, ਧੱਕੇਸ਼ਾਹੀ ਕਰਦੇ ਆ, ਆਮ ਆਦਮੀ ਪਾਰਟੀ 'ਚ ਤਾਂ ਨਹੀਂ ਕੋਈ ਇਹੋ ਜਿਹਾ ਕੋਈ ਸਵਾਲ ਖੜਾ ਹੋਊਗਾ? ਤੁਹਾਡੇ ਕੋਲ ਕੋਈ ਇਹੋ ਜਿਹੀ ਗੱਲ ਆਈ ਹੈ? ਮੈਨੂੰ ਤਾਂ ਅਸੀਂ ਤਾਂ ਸਾਰੇ ਜਣੇ ਬੰਦਿਆਂ ਨੂੰ ਮਿਹਨਤ ਤਰਲਾ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਅਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ, ਆਪਦੇ ਆਪ ਹੀ ਉਹ ਤਿਆਰ ਸੀਗੇ ਇਸ ਗੱਲ ਨੂੰ ਮੰਨਣ ਵਾਸਤੇ ਵੀ ਸਾਨੂੰ ਵੀ ਬਦਲਾਅ ਲੈ ਕੇ ਆਉਣਾ ਚਾਹੀਦਾ ਗਾ। ਸੋ ਅਸੀਂ ਕਾਗਜ਼ੀ ਕਾਰਵਾਈ ਸੀਗੀ ਜਿਹੜੀ ਉਹ ਵੀ ਪੂਰੀ ਕੀਤੀ ਆ, ਤੁਸੀਂ ਦੇਖ ਸਕਦੇ ਹੋ ਵੀ ਡੀ ਓ ਦਫ਼ਤਰ ਦੇ ਵਿੱਚ ਪਿਆ ਹੋਊਗਾ ਸਾਰਾ ਡਾਟਾ। ਸੋ ਇਹੋ ਜਿਹੀ ਕੋਈ ਧੱਕੇਸ਼ਾਹੀ ਨਾ, ਹੁਣ ਉਹ ਸਮਾਂ ਲੰਘ ਗਿਆ ਜਿਹੜਾ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਵੀ ਜੇ ਅਕਾਲੀ ਦਲ ਵਾਲੇ ਆ ਤਾਂ ਅਕਾਲੀ ਦਲ ਦੇ ਸਰਪੰਚ ਹੀ ਬਣਨਗੇ, ਕਾਂਗਰਸ ਵਾਲੇ ਤਾਂ ਕਾਂਗਰਸ ਦੇ ਹੀ ਬਣਨਗੇ। ਸੋ ਅਸੀਂ ਇਹ ਨਹੀਂ ਸੋਚਦੇ, ਅਸੀਂ ਇਹ ਕਹਿੰਦੇ ਵੀ ਬੰਦਾ ਚੰਗਾ ਹੋਣਾ ਚਾਹੀਦਾ ਕਿਸੇ ਵੀ ਪਾਰਟੀ ਤੋਂ ਹੋਵੇ, ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਮਜ਼ਹਬ ਦਾ ਹੋਵੇ, ਅਸੀਂ ਉਹਨੂੰ ਨਾਲ ਲੈ ਕੇ ਚੱਲਾਂਗੇ। ਇਹ ਆਮ ਆਦਮੀ ਪਾਰਟੀ ਹੈ, ਕਿਸੇ ਤਰ੍ਹਾਂ ਦਾ ਧੱਕਾ ਨਾ ਤਾਂ ਕਰਦੀ ਹੈ ਅਤੇ ਨਾ ਹੀ ਕਰਦੀ। ਤੁਹਾਡੀ ਪਹਿਲੀ ਪੰਚਾਇਤ ਆ ਜੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਹੜਾ ਵਿਕਾਸ ਕਰਦੇ? ਬਿਲਕੁਲ, ਕੋਈ ਅਕਾਲੀ ਹੋਵੇ, ਕੋਈ ਕਾਂਗਰਸੀ, ਐਂ ਨਹੀਂ ਹੋਊਗਾ ਵੀ ਅਕਾਲੀ ਦਲ ਦੀ ਗਲੀ ਛੱਡ ਦਾਂਗੇ ਜਾਂ ਕਾਂਗਰਸ ਵਾਲਿਆਂ ਦੀ ਗਲੀ ਛੱਡ ਦਾਂਗੇ। ਸਾਰਿਆਂ ਦਾ ਸਾਂਝਾ ਵਿਕਾਸ ਹੋਊਗਾ, ਪੰਚਾਇਤ ਦੀ ਰਾਏ ਨਾਲ ਹੋਊਗਾ, ਪਿੰਡ ਦੇ ਲੋਕਾਂ ਦੀ ਰਾਏ ਨਾਲ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰਾਂ ਤੇ ਪਾਰਟੀ ਵਰਕਰਾਂ ਨੇ ਗੁਰਮੇਲ ਸਿੰਘ ਨੂੰ ਸਰਪੰਚੀ ਦੀ ਜ਼ਿੰਮੇਵਾਰੀ ਪ੍ਰਤੀ ਸਹਿਮਤੀ ਜਤਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਨੂੰ ਦੇਖਦੇ ਅਤੇ ਪਿੰਡ ਦੇ ਵਿਕਾਸ ਜਾਰੀ ਰੱਖਣ ਲਈ ਇਹ ਮੌਕਾ ਦਿੱਤਾ ਗਿਆ ਅਤੇ ਸਾਨੂੰ ਆਸ ਹੈ ਕਿ ਗੁਰਮੇਲ ਸਿੰਘ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡ ਦੇ ਕਾਰਜ ਕਰਵਾਉਣਗੇ। ਹਾਂਜੀ, ਕਿਰਤੀ ਕਿਸਾਨ ਯੂਨੀਅਨ ਇਕਾਈ ਸਰਾਵਾਂ ਵੱਲੋਂ ਮੈਂ ਜ਼ਿਲ੍ਹਾ ਮੀਤ ਪ੍ਰਧਾਨ ਹਾਂ ਫਰੀਦਕੋਟ ਦਾ, ਅਤੇ ਮੈਂ ਬਾਈ ਗੁਰਮੀਤ ਸਿੰਘ ਨੂੰ ਯਾਨੀ ਕਿ ਆਮ ਆਦਮੀ ਪਾਰਟੀ ਦੇ ਜੋ ਕਿ ਸਾਡੇ ਪਿੰਡ ਦੇ ਪਹਿਲੇ ਸਰਪੰਚ ਹੋਣੇ ਗਏ, ਬਹੁਤ ਬਹੁਤ ਵਧਾਈ ਦਿੰਦਾ ਹਾਂ। ਅਤੇ ਅਸੀਂ ਯੂਨੀਅਨ ਵੱਲੋਂ ਸਾਰਾ ਨਗਰ, ਕਾਂਗਰਸ, ਅਕਾਲੀ, ਕਾਂਗਰਸ, ਸਰਪੰਚ ਸਾਹਿਬ, ਨੰਬਰਦਾਰ ਸਾਹਿਬਾਨ ਸਾਰੇ ਇਹਨਾਂ ਦੇ ਨਾਲ ਦਿਲ ਜੋੜ ਕੇ ਕੰਮ ਕਰਾਂਗੇ ਅਤੇ ਅਸੀਂ ਪੂਰਨ ਵਿਸ਼ਵਾਸ ਦਿਵਾਉਂਦੇ ਹਾਂ ਵੀ ਯੂਨੀਅਨ ਵੱਲੋਂ ਅਸੀਂ ਇਹਨਾਂ ਦਾ ਪੂਰਨ ਸਾਥ ਦੇਵਾਂਗੇ। ਸਾਨੂੰ ਉਮੀਦ ਹੈ ਵੀ ਇਹਨਾਂ ਨੇ ਅੱਜ ਤੱਕ ਪਿੰਡ ਦੇ ਵਿਕਾਸ ਬਹੁਤ ਕਾਰਜ ਕਰਵਾਏ ਹਨ, ਜਿਵੇਂ ਕਿ ਦਰਖਤ ਲਵਾਏ ਹਨ ਸਟੇਡੀਅਮ ਦੇ ਵਿੱਚ, ਗਰਾਊਂਡ ਦੇ ਵਿੱਚ, ਅਤੇ ਗਲੀਆਂ ਨਾਲੀਆਂ ਪੂਰਨ ਤੌਰ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਵੀ ਪੂਰੀ ਲੋਕਿੱਟ ਸਾਰੀ ਗਲੀਆਂ ਨਾਲੀਆਂ ਦੀ ਕਰੀ ਵੀ ਹੈ। ਅਤੇ ਬਾਕੀ ਨਸ਼ਿਆਂ ਖਿਲਾਫ਼ ਵੀ ਇਹਨਾਂ ਨੇ ਬਹੁਤ ਮੁਹਿੰਮ ਵਿੱਢੀ ਹੈ, ਅਸੀਂ ਵੀ ਇਹਨਾਂ ਦਾ ਸਾਥ ਦਿੰਦੇ ਹਾਂ ਵੀ ਵੱਧ ਤੋਂ ਵੱਧ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਮੁੰਡੇ ਮਰ ਰਹੇ ਆ ਵੀ ਉਹਨਾਂ ਦਾ ਵੀ ਖਿਲਾਫ਼ ਮੁਹਿੰਮ ਵਿੱਢੀ ਜਾਵੇ। ਅਸੀਂ ਇਹਨਾਂ ਦੇ ਨਾਲ ਆ, ਪੂਰਨ ਤੌਰ 'ਤੇ ਇਹਨਾਂ ਨੂੰ ਹਮਾਇਤ ਦਿੰਦੇ ਹਾਂ ਯੂਨੀਅਨ ਵੱਲੋਂ ਵੀ, ਪਿੰਡ ਵੱਲੋਂ ਵੀ, ਅਤੇ ਆਪਦੇ ਸਾਰੇ ਨਗਰ ਵੱਲੋਂ ਵੀ। ਅਸੀਂ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ ਵੀ ਅਸੀਂ ਤੁਹਾਡੇ ਨਾਲ 101% ਸਾਥ ਦੇਵਾਂਗੇ। ਮੈਂ ਬਲਕਰਨ ਸਿੰਘ, ਸਰਪੰਚ ਸਰਾਵਾਂ। ਅਸੀਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਹਾਂ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਪਹਿਲਾ ਅਧਿਕਾਰਤ ਪੰਚ ਚੁਣ ਕੇ ਜਾਂ ਸਰਪੰਚ ਚੁਣ ਕੇ ਇਹ ਸ਼ੁਰੂਆਤ ਕੀਤੀ ਹੈ, ਇਹ ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਆਮ ਜਨਤਾ ਸਰੀ ਇਹ ਸਾਰੀਆਂ ਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੈ। ਸਾਡੇ ਹਲਕੇ ਦੇ ਐੱਮ ਐੱਲ ਏ ਸਰਦਾਰ ਅਮੋਲਕ ਸਿੰਘ ਜੀ, ਸਾਡੇ ਸੀ ਐੱਮ ਭਗਵੰਤ ਮਾਨ ਜੀ, ਉਹਦੀਆਂ ਨੀਤੀਆਂ ਵਧੀਆ ਕਰਕੇ ਇਹ ਲੋਕ ਪੱਖੀ ਜਿਹੜੇ ਹੈਗੇ ਆ ਰਿਜ਼ਲਟ ਆ ਰਹੇ ਆ। ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਇਹ ਬੇਨਤੀ ਕਰਾਂਗੇ
ਕਿ ਸਾਰੇ ਹੀ ਆਪਾਂ ਨੂੰ ਭੈਣ ਭਰਾਵਾਂ ਨੂੰ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਔਰ ਸਰਕਾਰ ਦੀਆਂ ਨੀਤੀਆਂ ਲਈ ਚੱਲਣਾ ਚਾਹੀਦਾ ਔਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜੋ ਬਦਲਾਅ ਦੇ ਨਾਂ 'ਤੇ ਵੋਟ ਮੰਗੀ ਗਈ ਸੀ ਉਹ ਬਦਲਾਅ ਜ਼ਰੂਰ ਆਊਗਾ। ਇੰਨਾ ਉਮੀਦ ਕਰਦਾ ਮੈਂ ਆਪ ਦੇ ਮਾਧਿਅਮ ਰਾਹੀਂ ਇੱਕ ਵਾਰੀ ਫਿਰ ਆਪ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਬਦਲਾਅ ਵਾਸਤੇ ਵੋਟਾਂ ਪਾਈਆਂ ਸੀ ਅਤੇ ਬਦਲਾਅ ਕਰਨ ਵਾਸਤੇ ਸਹਿਯੋਗ ਦਿੱਤਾ ਜਾਵੇ। ਜਿਵੇਂ ਸਾਡੇ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਹੋ ਰਿਹਾ, ਨਜਾਇਜ਼ ਕਬਜ਼ੇ ਖਤਮ ਹੋ ਰਹੇ ਹੈ ਜਾਂ ਨਸ਼ਾ ਰੋਕਣ ਦੀ ਮੁਹਿੰਮ ਚੱਲ ਰਹੀ ਹੈ, ਇਹ ਸਾਰੀਆਂ ਜਿਹੜੀਆਂ ਨੀਤੀਆਂ ਉਹ ਆਮ ਆਦਮੀ ਪਾਰਟੀ ਦੀਆਂ ਔਰ ਉਮੀਦ ਕਰਦਾ ਵੀ ਤੁਸੀਂ ਸਾਰੇ ਸਹਿਯੋਗ ਦੇ ਕੇ ਆਪਾਂ ਆਮ ਆਦਮੀ ਪਾਰਟੀ ਦਾ ਸਹਿਯੋਗ ਕਰਾਂਗੇ। ਮੇਰਾ ਨਾਮ ਚੜ੍ਹ ਸਿੰਘ ਆ, ਅਕਾਲੀ ਦਲ ਨਾਲ ਸੰਬੰਧਿਤ ਹਾਂ। ਸ਼ੁਰੂ ਤੋਂ ਗੁਰਮੀਤ ਸਿੰਘ ਸਰਪੰਚ ਬਣਨ 'ਤੇ ਬਹੁਤ ਖੁਸ਼ ਹਾਂ। ਨੇਕ ਇਨਸਾਨ ਨੇ, ਸਮਾਜ ਸੇਵੀ ਨੇ, ਕਲੱਬ ਦੇ ਪ੍ਰਧਾਨ ਰਹਿ ਚੁੱਕੇ ਪਹਿਲਾਂ, ਮੌਜੂਦਾ ਪੰਚ ਆ, ਹੁਣ ਸਰਪੰਚ ਬਣੇ, ਬਹੁਤ ਖੁਸ਼ੀ ਦੀ ਗੱਲ ਹੈ। ਮੇਰਾ ਨਾਮ ਬੋਟ ਸਿੰਘ ਜੀ, ਪੰਚ ਅਤੇ ਕੋਪਰੇਟ ਸਿਟੀ ਦਾ ਪ੍ਰਧਾਨ ਸਰਾਵਾਂ, ਕਾਂਗਰਸ ਪਾਰਟੀ ਨਾਲ ਸੰਬੰਧ ਹੈ, ਕਾਂਗਰਸ ਪਾਰਟੀ ਨਾਲ ਬਹੁਤ ਪੁਰਾਣਾ ਲਿੰਕ ਸਾਡਾ, ਅਤੇ ਅਸੀਂ ਬਹੁਤ ਖੁਸ਼ ਹਾਂ ਗੁਰਮੀਤ ਸਿੰਘ ਨੂੰ ਸਰਪੰਚ ਬਣਾਉਣ 'ਤੇ ਜ਼ੋਰ ਵੀ ਲਾਇਆ, ਅਤੇ ਵੀ ਬੰਦਾ ਘਰੇ ਕੰਮ ਕਰੂਗਾ ਜੀ, ਵਧੀਆ ਕੰਮ ਕਰੂਗਾ। ਨਹੀਂ ਜੀ, ਇਹ ਕੰਮ ਨਹੀਂ ਸਾਡੇ, ਸਾਨੂੰ ਪ੍ਰਧਾਨ ਬਣਾਇਆ ਇਹਨਾਂ ਨੇ, ਸਾਰਿਆਂ ਨੇ ਰਲ ਕੇ ਬਣਾਇਆ ਜੀ, ਕੋਈ ਸਾਡਾ ਐਂ ਨਹੀਂ ਗਾ ਇੱਕ ਦੂਜੇ ਦਾ, ਕੋਈ ਨੰਬਰਦਾਰ ਸਾਰੇ ਸਭ ਇੱਕ ਮੁੰਡੇ ਸਾਰੇ, ਕੋਈ ਖੁਸ਼ ਹੈ ਸਾਰੇ, ਪੂਰੇ ਖੁਸ਼। ਗੁਰਮੀਤ ਸਿੰਘ ਸਰਪੰਚ ਬਣਦੇ ਸਾਨੂੰ ਬਹੁਤ ਖੁਸ਼ੀ ਹੈ ਜੀ। ਨਗਰ ਦਾ ਕੋਈ ਵੀ ਕੰਮ ਹੋਵੇ, ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਸਰਪੰਚ ਸਾਹਿਬ, ਕੋਈ ਵੀ ਹੋਵੇ, ਅਕਾਲੀ ਹੋਵੇ, ਕਾਂਗਰਸੀ ਹੋਵੇ, ਗਰੀਬ ਹੋਵੇ, ਅਮੀਰ ਹੋਵੇ, ਸਭ ਇੱਕ ਬਰਾਬਰ ਹੈ ਜੀ। ਅਸੀਂ ਗਰਾਊਂਡ 'ਚ ਬੂਟੇ ਲਗਾਏ ਆ, ਸਾਡੇ ਨਾਲ ਬਹੁਤ ਸਹਿਯੋਗ ਦਿੱਤਾ, ਕਿਸੇ ਦਾ ਕੋਈ ਘਰੇਲੂ ਮਸਲਾ ਹੋਵੇ ਜਾਂ ਕੋਈ ਲੜਾਈ ਵੱਡੀ ਹੋਵੇ ਉਹਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਟਿਕਾਉਣ ਦੀ ਕੋਸ਼ਿਸ਼ ਕਰਦੇ ਆ। ਅੱਜ ਵੀ ਇੱਕ ਮਸਲਾ ਸੀਗਾ, ਉਹ ਵੀ ਬਾਈ ਜੀ ਨੇ ਟਿਕਾਇਆ, ਪਹਿਲੇ ਸਰਪੰਚ ਬਣਿਆ, ਪਹਿਲਾ ਕੇਸ ਹੀ ਨਿਬੇੜਿਆ ਇਹਨਾਂ ਨੇ, ਸਾਨੂੰ ਬਹੁਤ ਖੁਸ਼ੀ ਆ ਵੀ ਉਹਨਾਂ ਦਾ ਜਿਹੜਾ ਮਸਲਾ ਉਹ ਟਿਕਾਇਆ ਬਾਈ ਜੀ ਨੇ, ਬਹੁਤ ਬਹੁਤ ਧੰਨਵਾਦ ਜੀ। ਵਧੀਆ ਜੀ, ਅਸੀਂ ਸਰਪੰਚ ਸਾਹਿਬ ਨੂੰ ਵਧਾਈਆਂ ਦਿੰਦੇ ਹਾਂ, ਅਤੇ ਨਾਲ ਹੀ ਸਾਡੇ ਜਿਹੜੇ ਸਤਿਕਾਰਯੋਗ MLA ਸਾਹਿਬ ਹੈ, ਉਹਨਾਂ ਨੇ ਵਧੀਆ ਜਿਹੜਾ ਉਪਰਾਲਾ ਪਿੰਡ ਦੇ ਵਿਕਾਸ ਦੇ ਲਈ ਕੀਤਾ, ਕਿਉਂਕਿ ਜਦੋਂ ਉਹਨਾਂ ਦਾ ਸਰਪੰਚ ਸੀਗਾ ਬਿਮਾਰ ਹੋਣ ਦੇ ਕਾਰਨ ਆਪਦੇ ਕਾਰਜਕਾਲ ਪੂਰੇ ਨਹੀਂ ਕਰ ਸਕਦਾ ਸੀਗਾ, ਅਤੇ ਇਹਨਾਂ ਦੀ ਪੰਚਾਇਤ ਦੀ ਬਹੁਤ ਸੰਮਤੀ ਦੇ ਨਾਲ ਜਿਹੜਾ ਇਹਨਾਂ ਦਾ ਸਰਪੰਚ ਹੈ ਸਰਦਾਰ ਗੁਰਮੀਤ ਸਿੰਘ ਜੀ ਸਰਾਵਾਂ ਤੋਂ ਚੁਣੇ ਗਏ ਹੈ, ਅਤੇ ਮੈਂ ਉਹਨਾਂ ਨੂੰ ਵੀ ਲੱਖ ਲੱਖ ਵਧਾਈ ਦਿੰਦਾ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਰੱਖੀਆਂ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦੀ ਕੋਸ਼ਿਸ਼ ਹੁਣ ਕੀਤੀ ਜਾ ਰਹੀ ਹੈ। ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜ਼ਮੀਨੀ ਪੱਧਰ 'ਤੇ ਬਣਦੇ ਮਾਣ ਸਨਮਾਨ ਦੇਣ ਦੀ ਕੋਸ਼ਿਸ਼ ਵੀ ਜਾਰੀ ਹੈ। ਫਰੀਦਕੋਟ ਤੋਂ ਗੁਰਜੀਤ ਰੋਮਾਣਾ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।